ਇਹ ਸਾਰੇ ਖਿਡਾਰੀ ਅਮਰੀਕਾ ਤਾਂ ਜਾਂਦੇ ਆ ਕੈਨੇਡਾ ਤਾਂ ਜਾਂਦੇ ਆ ਵੀ ਇਹਨਾਂ ਦਾ ਭੂ ਵਿਖਾ ਤੇ ਪੰਜਾਬ ਦੇ ਖਿਡਾਰੀ ਸਾਰੇ ਅਮਰੀਕਾ ਕੈਨੇਡਾ ਤੁਰੇ ਜਾਣਗੇ ਤੇ ਪੰਜਾਬ ਦਾ ਰੋਲ ਆ ਪਿਆ ਇੱਕ ਪੰਜਾਬ ਦੀ ਟੀਮ ਹੁੰਦੀ ਸੀ ਕਦੇ ਇੱਕ ਮਹਿਲ ਸਿੰਘ ਪੁੱਲਰ ਮਹਿਲ ਸਿੰਘ ਪੁੱਲਰ ਨਾ ਦਾ ਇੱਕ ਅਫਸਰ ਹੁੰਦਾ ਸੀ ਜਿਹੜਾ ਪੰਜਾਬ ਦੇ ਵਿੱਚ ਵਧੀਆ ਖੇਡਦਾ ਸੀ ਮੁੰਡਾ ਉਹਨੂੰ ਚੱਕ ਕੇ ਅਫਸਰ ਭਰਤੀ ਸਿਪਾਈ ਭਰਤੀ ਇੰਸਪੈਕਟਰ ਭਰਤੀ ਕੀਤਾ ਜਾਂਦਾ ਸੀ ਪਰ ਉਹ ਸਾਰੇ ਅੱਜ ਕਦੇ ਵੀ ਕਿਤੇ ਨਹੀਂ ਦੇਖੇ ਨਹੀਂ ਜਾ ਰਹੇ ਤੇ ਹੁਣ ਦੇ ਪਲੇਅਰਾਂ ਨੂੰ ਅਮਰੀਕਾ ਕੈਨੇਡਾ ਸਰਕਾਰ ਐ ਚੱਕ ਚੱਕ ਕੇ ਲੈ ਕੇ ਜਾ ਰਹੀ ਹੈ ਜਿਵੇਂ ਆਲੂ ਗੋਭੀ ਗੰਡੇ ਹੋਣ ਤੇ ਸਾਡੀ ਸਰਕਾਰ ਦੇ ਪੱਲੇ ਕੁਝ ਨਹੀਂ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਵਧੀਆ ਗਰਾਊਂਡਾਂ ਸੈਂਟੀਟਿਕ ਗਰਾਊਂਡ ਹੋਰ ਇੰਡੋਰ ਸਟੇਡੀਅਮ ਸਵੀਮਿੰਗ ਦੇ ਜਿਹੜੇ ਜਿਹੜੇ ਵਧੀਆ ਕੋਚ ਹੈ ਜਾਂ ਹੋਰ ਹੌਕੀ ਦੇ ਇੰਟਰਨੈਸ਼ਨਲ ਕੋਚਾਂ ਨੂੰ ਇਹਨਾਂ ਉੱਤੇ ਲਾਇਆ ਜਾਵੇ ਤਾਂ ਜੋ ਸਾਡੇ ਪੰਜਾਬ ਦੇ ਖੇਡਣ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਭਾਰਤ ਵੱਲੋਂ ਵਧੀਆ ਟੀਮ ਤਿਆਰ ਕਰਕੇ ਜਾ ਕੇ ਦੂਜੇ ਸ਼ਹਿਰ ਦੂਜੇ ਦੇਸ਼ ਵਿੱਚ ਜੇ ਤੱਕ ਹਾਸਲ ਕਰਨ ਤੇ ਸਾਡੇ ਮੁੰਡੇ ਅਮਰੀਕਾ ਜਾਣ ਕੈਨੇਡਾ ਜਾਣ ਉੱਥੇ ਜਾ ਕੇ ਖੇਡਣ ਸਾਡੀਆਂ ਜੁੱਤੀਆਂ ਸਾਡੇ ਹੀ ਡੰਡੇ ਸਾਡੇ ਦੇਸ਼ ਸੋ ਮੇਰੀ ਬੇਨਤੀ ਹੈ ਮਾਨ ਸਰਕਾਰ ਨੂੰ ਭਗਵੰਤ ਮਾਨ ਜੀ ਤੁਸੀਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹੋ ਇਹ ਪੰਜਾਬ ਦਾ ਸਾਰਾ ਯੂਥ ਕੈਨੇਡਾ ਅਮਰੀਕਾ ਨੂੰ ਉਤਰਿਆ ਜਾਂਦਾ ਤੁਸੀਂ ਇਹਨਾਂ ਨੂੰ ਇੱਥੇ ਇੰਨੀ ਸਹੂਲਤ ਦੇ ਦਿਓ ਕਿ ਕਦੇ ਵੀ ਨਾ ਉੱਥੇ ਜਾਣ ਉੱਥੇ ਜਾ ਕੇ ਉੱਥੇ ਖੇਡਦੇ ਆ ਉਹਨਾਂ ਦੀ ਸਰਕਾਰ ਵੱਲੋਂ ਖੇਡਦੇ ਆ ਨਾਮ ਰੋਸ਼ਨ ਉਹਨਾਂ ਦਾ ਹੁੰਦਾ ਹੈ ਮੁੰਡੇ ਆਪਣੇ ਆ ਤੇ ਆਪਾਂ ਇੱਥੇ ਇਹਨਾਂ ਨੂੰ ਖੜਾਈਏ ਇੱਥੇ ਇਹਨਾਂ ਨੂੰ ਵਧੀਆ ਕੋਚ ਦਈਏ ਵਧੀਆ ਬੂਟ ਵਧੀਆ ਕਿੱਟਾ ਹਰੇਕ ਛੇ ਮਹੀਨੇ ਬਾਅਦ ਦਈਏ ਸਕਾਲਰਸ਼ਿਪ ਦਈਏ ਵਧੀਆ ਪੈਸੇ ਦਈਏ ਚੰਗੀ ਡਾਈਟਾਂ ਦਈਏ ਇਹ ਕਿਉਂ ਛੱਡਣ ਆਪਣਾ ਦੇਸ਼ ਸੋ ਮੇਰੀ ਬੇਨਤੀ ਹੈ ਇਹਨਾਂ ਤੇ ਗੌਰ ਨਾਲ ਨਿਗਾਹ ਕੀਤੀ ਜਾਵੇ ਇਹ ਪਲੇਅਰਾਂ ਦੀ ਜਾਂਚ ਕੀਤੀ ਜਾਵੇ ਇਹ ਜਿਹੜੇ 14 14 15 15 ਸਾਲ ਦੇ 6 6 ਫੁੱਟੇ ਨੌਜਵਾਨ ਕਿਉਂ ਅਮਰੀਕਾ ਸਰਕਾਰ ਲੈ ਕੇ ਜਾ ਰਹੀ ਹੈ ਕਿਉਂ ਇਹਨਾਂ ਨੂੰ ਉੱਥੇ ਲਿਜਾ ਕੇ ਖੇਡਿਆ ਜਾ ਰਿਹਾ ਹੈ ਤੇ ਸਾਡੇ ਪੰਜਾਬ ਦੇ ਨੌਜਵਾਨ ਅੱਜ ਮਿੱਟੀ ਉਮਟ ਹੋ ਰਿਆ ਕਿਤੇ ਦਾ ਨਸ਼ਾ ਕਰ ਕਰ ਚਿੱਟਾ ਪੀ ਪੀ ਬਾਥਰੂਮਾਂ ਦੇ ਵਿੱਚ ਲਿਟਦੇ ਪਏ ਆ ਕਿਤੇ ਸਾਡੀ ਨੌਜਵਾਨ ਨੂੰ ਅਮਰੀਕਾ ਕੈਨੇਡਾ ਲੈ ਕੇ ਜਾਇਆ ਜਾ ਰਿਹਾ ਤੇ ਪੰਜਾਬ ਦਾ ਤਬਾਹੀ ਆ ਮਾਨ ਸਾਹਿਬ ਮੇਰੀ ਬੇਨਤੀ ਆ ਇਹਨਾਂ ਨੌਜਵਾਨਾਂ ਨੂੰ ਬਾਹਰਲੇ ਮੁਲਕ ਨਾ ਭੇਜੋ ਇਹਨਾਂ ਨੂੰ ਤੁਸੀਂ ਹੀ ਭੇਜ ਰਹੇ ਹੋ ਕਿਉਂਕਿ ਪੰਜਾਬ ਵਿੱਚ ਬਾਸਕਟਬਾਲ ਹਾਕੀ ਦੇ ਵਧੀਆ ਗਰਾਊਂਡ ਹੋਣੇ ਕਦੇ ਬਾਹਰ ਨਾ ਜਾਣ ਇਹਨਾਂ ਉੱਤੇ ਤਿੰਨ ਤਿੰਨ ਕੋਚ ਬੈਠੇ ਹੋਣੇ ਕਦੇ ਬਾਹਰ ਨਾ ਜਾਣ ਇਹਨਾਂ ਨੂੰ ਵਧੀਆ ਡਾਇਟ ਮਿਲਦੀ ਹੋਵੇ ਕਦੇ ਉਧਰੋਂ ਨਾ ਖੇਡਣ ਇਹਨਾਂ ਨੂੰ ਵਧੀਆ ਬੂਟ ਸਪான்ਸਰ ਕਰਦੇ ਆਂ ਬੂਟ ਮਿਲਦੇ ਆ ਹੁਣ ਸਰਕਾਰ ਇਹਨਾਂ ਨੂੰ ਖਰਚਾ ਪਾਣੀ ਦਿੰਦੀ ਹੋਵੇ ਇਹ ਕਦੇ ਬਾਹਰਲੇ ਮੁਲਕੋਂ ਨਾ ਖੇਡਣ ਇਹ ਮਰੇ ਹੋਏ ਖੇਡਦੇ ਆ ਇਹਨਾਂ ਨੂੰ ਪਤਾ ਵੀ ਪੰਜਾਬ ਵਿੱਚ ਕੁਛ ਨਹੀਂ ਮਿਲਣਾ ਸੀ ਉਧਰੋਂ ਜਾ ਕੇ ਖੇਡੀਏ ਤੇ ਉਧਰੋਂ ਦੇਸ਼ ਦਾ ਨਾਮ ਰੋਸ਼ਨ ਕਰੀਏ ਤੇ ਮੈਂ ਇੱਕ ਗੱਲ ਹੋਰ ਕਹਿ ਦੇਣਾ ਚਾਹਨਾ ਹੈ ਜਿਹੜੇ ਫੇਸਬੁੱਕ ਤੇ ਬੱਚਿਆਂ ਨੂੰ ਵਧਾਈਆਂ ਦੇ ਰਿਹਾ ਉਹ ਸ਼ਰਮ ਕਰੋ ਵਧਾਈ ਦੇਣ ਦੀ بجائے ਸਰਕਾਰ ਨੂੰ ਲਾਂਤ ਪਾਓ ਆਪਣੀ ਟੀਮ ਐਡੀ ਤਗੜੀ ਹੋਵੇ ਆਪਾਂ ਬਾਹਰ ਜਾ ਕੇ ਉਹਨਾਂ ਨਾਲ ਲੜੀਏ ਖੇਡੀਏ ਟੂਰਨਾਮੈਂਟ ਸੋ ਮੇਰੀ ਤਾਂ ਬੇਨਤੀ ਮਾਨ ਸਾਹਿਬ ਅੱਗੇ ਇਹੀ ਆ ਵੀ ਇਹਨਾਂ ਪਲੇਅਰਾਂ ਨੂੰ ਚੰਗੀ ਡਾਈਟ ਦਿੱਤੀ ਜਾਵੇ ਚੰਗੇ ਸੈਂਟੀਟਿਕ ਗਰਾਊਂਡ ਦਿੱਤੇ ਜਾਣ ਇੰਡੋਰ ਸਟੇਡੀਅਮ ਦਿੱਤੇ ਜਾਣ ਤਾਂ ਜੋ ਇਹ ਬਾਹਰਲੇ ਮੁਲਕਾਂ ਵੱਲੋਂ ਨਾ ਭੱਜਣ ਤੇ ਗੋਰੇ ਕਾਲੇ ਸਾਡੇ ਗਰਾਊਂਡਾਂ ਦੇ ਵਿੱਚ ਅੱਗੇ ਖੇਡਣ ਸਾਡੇ ਗਰਾਊਂਡਾਂ ਦਾ ਇੰਨਾ ਮਾੜਾ ਹਾਲ ਹੈ ਪਾਣੀ ਦੀ ਪਾਟੀ ਭਰਨੀ ਹੋ ਗਈ ਤੇ 10 ਫੁੱਟ ਨਾਲ ਕਿਤੇ ਦੂਰ ਨਾ ਜਾਣਾ ਪੈਂਦਾ ਪਾਣੀ ਭਰਨ ਗਰਾਊਂਡਾਂ ਦੇ ਵਿੱਚ ਕੋਈ ਪਾਣੀ ਦੀ ਸਹੂਲਤ ਨਹੀਂ ਇੱਥੇ ਇੱਥੇ ਪਲੇਅਰ ਬੂਟ ਜਿਹੜੇ ਨਾ ਬੂਟ ਜਿਹੜੇ ਵਧੀਆ ਪਲੇਅਰ ਹੈ ਜਿਹੜੇ ਚੰਗੇ ਸਰਦਾਰਾਂ ਦੇ ਮੁੰਡੇ ਉਹ ਨਾਈਕੀ ਪਾਉਂਦੇ ਆ ਐਡੀਡਾਸ ਪਾਉਂਦੇ ਆ ਜਿਹੜੇ ਦਿਹਾੜੀਦਾਰ ਬੰਦੇ ਆ ਜਿਨ੍ਹਾਂ ਦਾ ਪਿਓ ਮਾਂ ਪਿਓ ਰੇੜੀ ਲਾਂਦਾ ਉਹ ਮੋਚੀ ਤੋਂ ਲੈ ਲੈ ਬੂਟ ਪਾਉਂਦੇ ਇਥੇ ਇਹ ਸਾਡਾ ਪੰਜਾਬ ਦਾ ਕਲਚਰ ਤੇ ਮਾਨਸਾ ਨੂੰ ਮੇਰੀ ਬੇਨਤੀ ਆ ਹਰੇਕ ਪਲੇਅਰ ਵੱਲ ਧਿਆਨ ਦਿੱਤਾ ਜਾਵੇ ਹਰੇਕ ਪਲੇਅਰ ਨੂੰ ਵਧੀਆ ਡੈਡ ਦਿੱਤੀ ਜਾਵੇ ਤੇ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦਾ ਪੰਜਾਬ ਦੇ ਕੋਚਾਂ ਨੂੰ ਤੁਸੀਂ ਪਲੇਅਰ ਨੂੰ ਵੇਖਦੇ ਹੋ ਤੁਸੀਂ ਉਹਦੇ ਮਾਪਿਓ ਵੇਨੇ ਉਹ ਕਿੰਨੇ ਕੇ ਤਗੜੇ ਆ ਤੇ ਜਿਹੜਾ ਪਲੇਅਰ ਚੰਗਾ ਹੁੰਦਾ ਗਰੀਬ ਘਰੋਂ ਦਾ ਉਹਨੂੰ ਤੁਸੀਂ ਕਹਿੰਦੇ ਚੱਲ ਬਾਹਰ ਤੇ ਜਿਹੜਾ ਤਗੜਾ ਘਰੋਂ ਆਇਆ ਜਿਹੜਾ ਚੰਗਾ ਖਾਣ ਪੀਣ ਵਾਲਾ ਉਹਨਾਂ ਕਹਿੰਦੇ ਆ ਜਾ ਤੇ ਤੈਨੂੰ ਨੈਸ਼ਨ ਖੜਾਣਾ ਹੈ ਇਹ ਕੋਚਾਂ ਦੇ ਵਿੱਚ ਬੜੀ ਵੱਡੀ ਗੱਲ ਹੈ ਤੇ ਮੈਂ ਪੰਜਾਬ ਦੇ ਕੋਚਾਂ ਨੂੰ ਇਹ ਗੱਲ ਕਹਿ ਦੇਣਾ ਚਾਹੁੰਦਾ ਤੇ ਤੁਸੀਂ ਪਲੇਅਰਾਂ ਨੂੰ ਇੱਕ ਸਮਾਨ ਰੱਖੋ ਇਹਨਾਂ ਦੇ ਦਿਲਾਂ ਦੇ ਵਿੱਚ ਵਹਿਮ ਨਾ ਪਾ ਲੋ ਮੇਰੇ ਨਾਲ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਮੈਂ ਦਿਖਾ ਦੂੰ ਜਿਨ੍ਹਾਂ ਦੇ ਕੋਲ ਵੱਧ ਤੋਂ ਵੱਧ ਮੈਡਲ ਪਏ ਆ ਅੱਜ ਸੜਕਾਂ 'ਤੇ ਰੋਲਦੇ ਫਿਰਦੇ ਆ ਦਿਹਾੜੀਆਂ ਕਰਦੇ ਫਿਰਦੇ ਆ ਤੇ ਜਿਹੜੇ ਜੱਦੀ ਸਰਦਾਰਾਂ ਦੇ ਬੱਚੇ ਗੇਮਾਂ ਕਰਦੇ ਉਹ ਜੱਦੀ ਦੇ ਜੱਦੀ ਜੱਦੀ ਬੰਦੇ ਜਾਂਦੇ ਆ ਇੱਕ ਐਸਐਸਪੀ ਦਾ ਮੁੰਡਾ ਐਸਐਸਪੀ ਲੱਗੂਗਾ ਇੱਕ ਸਾਈਕਲ ਵਾਲੇ ਦਾ ਬੱਚਾ ਸਾਈਕਲ ਪੈਂਚਰ ਲਾਉਣ ਵਾਲੇ ਦਾ ਬੱਚਾ ਸਾਈਕਲ ਪੈਂਚਰ ਹੀ ਲਾਊਗਾ ਗੇਮ ਕਰਕੇ ਸੋ ਮੇਰੀ ਬਾਣਸਾ ਨੂੰ ਬੇਨਤੀ ਆ ਇਹਨਾਂ ਪਲੇਅਰਾਂ ਦੀ ਨਿਗਾਹ ਰੱਖੋ ਇਹ ਬਾਹਰਲੇ ਮੁਲਕਾਂ ਵੱਲ ਭੱਜੇ ਜਾਂਦੇ ਆ ਇਹਨਾਂ ਨੂੰ ਰੋਕੋ ਇਹਨਾਂ ਦੀ ਇੱਥੇ ਹੀ ਟੀਮ ਤਿਆਰ ਕਰੋ ਇੱਥੇ ਹੀ ਖੜਾਓ ਇਹਨਾਂ ਨੂੰ ਇੱਥੇ ਹੀ ਸਭ ਕੁਝ ਕਰੋ ਇਹ ਸਾਡਾ ਯੂਥ ਹੈ ਅੱਜ ਇਹ ਚੱਲੇ ਆ ਕੱਲ ਨੂੰ ਇਹਨਾਂ ਮਗਰ ਹੋਰ ਦਸ-ਦਸ ਭੱਜਣਗੇ ਕਿੰਨੇ ਕੇ ਮੁੰਡੇ ਅਸੀਂ ਗਵਾਵਾਂਗੇ ਅਨਮੋਲ ਹੀਰੇ ਆ ਜਿਹੜੇ ਪੰਜਾਬ ਦੇ ਨੌਜਵਾਨ ਦੀ ਬਾਸਕਟਬਾਲ ਹਾਕੀ ਜਾ ਹੋਰ ਕਈ ਗੇਮ ਵਾਲੇ ਜਿਹੜੇ ਬਾਹਰਲੇ ਮੁਲਕ ਜਾ ਕੇ ਖੇਡ ਰਹੇ ਆ ਉਹ ਬੱਚੇ ਨੂੰ ਇੰਨੀ ਗੱਲ ਦਾ ਨਹੀਂ ਪਤਾ ਉਹ ਕਹਿ ਰਿਹਾ ਵੀ ਮੈਂ ਇੰਡੀਆ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕਰੂੰਗਾ ਪੁੱਤ ਤੈਨੂੰ ਗੱਲ ਦਾ ਹੀ ਨਹੀਂ ਪਤਾ ਸਹੀ ਦਾ ਤੂੰ ਜਦੋਂ ਉੱਥੇ ਚਲਾ ਜਾਏਂਗਾ ਤੇਰੇ ਗੱਲ ਦੇ ਵਿੱਚ ਟੱਲੀ ਉਹਨਾਂ ਨੇ ਆਪਦੀ ਪਾ ਦੇਣੀ ਐ ਤੇ ਇੰਡੀਆ ਦਾ ਨਾਮ ਪਰੇ ਸਿੱੜ ਦੇਣਾ ਤੂੰ ਇੰਡੀਆ 'ਚ ਰਹਿ ਕੇ ਖੇਡ ਤੇ ਸਰਕਾਰ ਨਾਲ ਲੜੋ ਜਿੰਨੇ ਪਲੇਅਰ ਆ ਤੁਸੀਂ ਸਰਕਾਰ ਨਾਲ ਲੜੋ ਮੰਗੋ ਆਦੇ ਹੱਕ ਤੁਹਾਨੂੰ ਸਰਕਾਰ ਦਊਗੀ ਤੇ ਤੁਸੀਂ ਅਮਰੀਕਾ ਕੈਨੇਡਾ ਨਾ ਪਾ ਜਾਓ ਅਮਰੀਕਾ ਕੈਨੇਡਾ ਦੀ ਢੂਈ ਪੰਨੋ ਜਾ ਕੇ ਉਸੇ ਖੇਡੋ ਉਹਨਾਂ ਨਾਲ ਮੈਂ ਤਾਂ ਇੰਨੀਆਂ ਬੇਨਤੀਆਂ ਕਰੂੰਗਾ ਬਾਕੀ ਤੁਹਾਡੀ ਮਰਜ਼ੀ ਹੈ ਜਿੱਥੇ ਜਾਣਾ ਜਾਓ ਪੰਜਾਬ ਅੱਜ ਮਰਦਾ ਜਾਂਦਾ ਕਾਪੀ ਇੱਕ ਦਾਬਾ ਵਿੱਚ ਪੰਜਾਬ ਦਾ ਨਾਮ ਰਹਿ ਗਿਆ ਉਹ ਮੂਸੀ ਵਾਲਾ ਜੱਟ ਸੀ ਜਿਹੜਾ ਮਰ ਗਿਆ ਕੈਨੇਡਾ ਦੀ ਧਰਤੀ ਨੂੰ ਲੱਤ ਮਰੀ ਕਹਿੰਦਾ ਟਿੱਬਿਆਂ ਦਾ ਜੱਟ ਤੇ ਟਿੱਬਿਆਂ 'ਚ ਹੀ ਰਹੂਗਾ ਤੇ ਗੋਰੇ ਕਾਲੇ ਰਵਾਤੇ ਉਹਨੇ ਦੇਖੋ ਉਸ ਮੁੰਡੇ ਵੱਲ ਵਾਹਿਗੁਰੂ ਜੀ ਦਾ ਖਾਸਾ ਤੇ ਵਾਹਿਗੁਰੂ ਜੀ ਫਤਿਹ ਸਤਿ ਸ੍ਰੀ ਅਕਾਲ ਧੰਨਵਾਦ